ਸ਼ਾਸਤਰੀਏ ਕਾਲ ਅੱਜ ਇੱਕੀ ਗਾਸ ਦੀਆਂ ਖਾਸ ਖਾਸ ਖਬਰਾਂ ਦੇ ਵਿਸ਼ੇਸ਼ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਕਰਦੀਆਂ ਲੈ ਕੇ ਹਾਜ਼ਰ ਹੋ ਗਏ ਆ ਜੀ ਅੱਜ ਦੇ ਦਿਨ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਪੰਜਾਬੀਓ ਸਾਵਧਾਨ ਰਾਤ 10 ਵਜੇ ਤੋਂ ਬਾਅਦ ਹਾਰਨ ਬਜਾਉਣ ਤੇ ਪਾਬੰਦੀ ਡੀਜੇ ਦੀ ਆਵਾਜ਼ ਨੂੰ ਲੈ ਕੇ ਵੀ ਜਾਰੀ ਕੀਤਾ ਇਹ ਹੁਕਮ ਆ ਪੀਐਸਬੀ ਨੇ ਵਿਦਿਆਰਥੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਲਈ ਸੋਦੇਆ ਸਮਾਸਾਰਨੀ ਕੀਤੀ ਜਾਰੀ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ ਮੀਤ ਹੈਰ 21 ਅਗਸਤ ਨੂੰ ਭਾਰਤ ਬੰਦ ਕਰਨ ਦਾ ਐਲਾਨ ਕਿਸ ਨੇ ਤੇ ਕਿਉਂ ਕੀਤਾ ਕੀ ਖੁੱਲੇਗਾ ਤੇ ਕੀ ਰਹੇਗਾ ਬੰਦ ਇੱਕ ਦਿਨ ਪਹਿਲਾਂ ਜਾਣ ਲਓ ਸਭ ਕੁਝ ਹੁਣ ਪੰਜਾਬ ਵਿੱਚ ਡਰੋਨਾਂ ਰਾਹੀਂ ਲਏ ਜਾਣਗੇ ਬੂਟੇ 20000 ਹੈਕਟੇਅਰ ਜੰਗਲ ਵਿੱਚ ਬਿਖੇਰੇ ਗਏ ਬੀਜਾ ਜਾਣੋ ਕਿਸਾਨਾਂ ਨੂੰ ਕਿਵੇਂ ਮਿਲੇਗਾ ਲਾਹਾ ਢਿੰਡਰਾਵਾਲਿਆਂ ਦੇ ਕਿਰਦਾਰ ਦੇ ਵਿਵਾਦ ਐਮਰਜੈਂਸੀ ਦਾ ਐਮਪੀ ਸਰਬਜੀਤ ਸਿੰਘ ਵੱਲੋਂ ਇਤਰਾਜ਼ ਡਾਕਟਰਾਂ ਦੀ ਸੁਰੱਖਿਆ ਲਈ ਬਣੇਗੀ ਨੈਸ਼ਨਲ ਟਾਸਕ ਫੋਰਸ ਸੀਜੀਆਈ ਨੇ ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਆਖੀ ਵੱਡੀ ਗੱਲ ਕੈਨੇਡਾ ਵਿੱਚ ਵਰਕ ਪਰਮਿਟ ਬਾਲੇ ਦਾ ਦਾਖਲਾ ਬੰਦ ਤਾਂ ਦੋਸਤੋ ਇਹ ਸਿਗੀਆਂ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਹੁਣ ਖਬਰਾਂ ਦੀ ਗੱਲ ਕਰਾਂਗੇ ਵਿਸਤਾਰ ਨਾਲ ਪਹਿਲੀ ਵੱਡੀ ਖਬਰ ਪੰਜਾਬੀਓ ਸਾਵਧਾਨ ਰਾਤ 10 ਵਜੇ ਤੋਂ ਬਾਅਦ ਹਾਰਨ ਬਜਾਉਣ ਤੇ ਪਵੰਦੀ ਡੀਜੇ ਦੀ ਆਵਾਜ਼ ਨੂੰ ਲੈ ਕੇ ਵੀ ਜਾਰੀ ਕੀਤਾ ਇਹ ਹੁਕਮਾਂ ਜੀ ਹਾਂ ਦੋਸਤੋ ਪੰਜਾਬ ਦੇ ਜਲੰਧਰ ਬੱਚੇ ਵੱਧ ਰਹੇ ਸ਼ੋਰ ਪ੍ਰਦੂਸ਼ਣ ਨੂੰ ਲੈ ਕੇ ਅੱਜ ਸਿਟੀ ਪੁਲਿਸ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਸ਼ਬਦਾਂ ਸਪਨ ਸਰਮਣ ਨੇ ਦੱਸਿਆ ਕਿ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਧਾਰਾ 163 ਤਹਿਤ ਮੇਲੇ ਅਧਿਕਾਰਾਂ ਦੀ ਵਰਤੋਂ ਕਰਦੇ ਆ ਰਾਤ 10 ਵਜੇ ਤੇ ਸਵੇਰ 6 ਵਜੇ ਤੱਕ ਸਿਟੀ ਪੁਲਸ ਦੀ ਹਦੂਦ ਅੰਦਰ ਰਹਿ ਐਸੀ ਇਲਾਕਿਆਂ ਵਿੱਚ ਹਾਰਨ ਵਜਾਉਣ ਤੇ ਪਾਬੰਦੀ ਲਗਾਈ ਗਈ ਹੈ ਇਸੇ ਤਰ੍ਹਾਂ ਸਾਊਂਡ ਯੰਤਰਾਂ ਦੀ ਆਵਾਜ਼ 7.5 ਡੀਬੀਏ ਅਤੇ ਲਾਊਡ ਸਪੀਕਰ ਦੇ ਸੋਰ ਪੈ ਦਾ ਕਰਨ ਵਾਲੇ ਯੰਤਰਾਂ ਦੀ ਆਵਾਜ਼ ਨੂੰ ਨਿਰਧਾਰਿਤ ਸੀਮਾ ਤੱਕ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਨੇ ਅਗਲੀ ਖਬਰ ਪੀਐਸਸੀਬੀ ਨੇ ਵਿਦਿਆਰਥੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ ਸੋਧਿਆ ਸਮਾਸਾਰਨੀ ਕੀਤੀ ਜਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਜਾਣ ਕੇ ਪੀਐਸਸੀਬੀ ਨੇ ਵਿਦਿਆਰਥੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਨਿਯੰਤਰਤਾ ਲਈ ਸੋਧਿਆ ਸਮਾਚਾਰ ਜਾਰੀ ਕੀਤੀ ਹੈ ਇਸ ਸਬੰਧੀ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਹ ਜਾਰੀ ਨੋਟੀਫਿਕੇਸ਼ਨ ਅਨੁਸਾਰ 9ਵੀਂ ਤੇ 10ਵੀਂ 11ਵੀਂ ਤੇ 12ਵੀਂ ਜਮਾਤ ਲਈ ਦਾਖਲੇ ਦੀ ਮਿਤੀ 31 ਅਗਸਤ 2024 ਤੱਕ ਵਧਾਈ ਗਈ ਹੈ ਇਸੇ ਦੇ ਨਾਲ ਹੀ ਵਿਦਿਆਰਥੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਜਾਰੀ ਰੱਖਣ ਦੀਆਂ ਤਰੀਕਾਂ ਵੀ ਵਧਾਈਆਂ ਗਈਆਂ ਨੇ ਹੁਣ ਵਿਦਿਆਰਥੀ ਬਿਨਾਂ ਲੇਟ ਫੀਸ ਦੇ 26 ਜੂਨ ਤੋਂ 16 ਸਤੰਬਰ ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਇਸ ਤੋਂ ਇਲਾਵਾ ਦੋਸਤੋ 17 ਸਤੰਬਰ ਤੋਂ 26 ਸਤੰਬਰ ਤੱਕ 500 ਰੁਪਏ ਲੇਟ ਫੀਸ ਨਾਲ ਅਤੇ 27 ਸਤੰਬਰ ਤੋਂ 9 ਅਕਤੂਬਰ ਤੱਕ 1500 ਰੁਪਏ ਲੇਟ ਫੀਸ ਨਾਲ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਅਗਲੀ ਖਬਰ ਸੂਬੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ ਮੀਤ ਹੈਰ ਮੈਂਬਰ ਲੋਕ ਸਭਾ ਹਲਕਾ ਸੰਗਰੂਰ ਗਰਮੀਤ ਸਿੰਘ ਮੀਤ ਹੈਰ ਦੇ ਵੱਲੋਂ ਰੱਖੇ ਗਏ ਧੰਨਵਾਦੀ ਦੌਰੇ ਦੌਰਾਨ ਵੋਟਾਂ ਪਾ ਕੇ ਜਿਤਾਉਣ ਲਈ ਹਲਕਾ ਵਸੇਨਾ ਧੰਨਵਾਦ ਕੀਤਾ ਗਿਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਹਲਕੇ ਦੇ ਕੰਮਾਂ ਨੂੰ ਪਹਿਲੇ ਧਾਰ ਤੇ ਕਰਨ ਦਾ ਭਰੋਸਾ ਦਿੱਤਾ ਗਿਆ ਐਸਐਮਓ ਕੀ ਹਲਕਾ ਵਿਧਾਇਕ ਐਡਵੋਕੇਟ ਬ੍ਰਿੰਦਰ ਗੋਇਲ ਨੇ ਹਲਕੇ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕਰਵਾਉਣਾ ਅਤੇ ਇੱਕ ਦੋ ਪਿੰਡਾਂ ਵਿੱਚ ਪੀਣ ਵਾਲੇ ਸੋਧੋ ਪਾਣੀ ਦੇ ਪ੍ਰੋਜੈਕਟ ਲਗਾਉਣ ਦੀ ਗੱਲ ਵੀ ਆਖੀ ਇਸੇ ਮੌਕੇ ਹਲਕਾ ਵਿਧਾਇਕ ਐਡਵੋਕੇਟ ਬ੍ਰਿੰਦਰ ਗੋਇਲ ਨੇ ਬੀਤੀ ਹੇਰ ਨੂੰ ਲੈਰੇ ਹਲਕੇ ਦੇ ਟੁੱਟੀਆਂ ਸੜਕਾਂ ਬਾਰੇ ਜਾਣੂ ਕਰਵਾਉਣ ਵਾਲੀ ਗੱਲਾਂ ਆਖੀਆਂ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਚਾਇਤੀ ਚੋਣਾਂ ਦੇ ਵਾਰ-ਵਾਰ ਜੂਟਰਨ ਲੈਣ ਬਾਰੇ ਉਹਨਾਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਸੰਬੰਧੀ ਅਸੀਂ ਮਾਣਯੋਗ ਹਾਈ ਕੋਰਟ ਨੂੰ ਜਵਾਬ ਦੇ ਚੁੱਕੀਆਂ ਅਤੇ ਜਲਦ ਹੀ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਅਗਲੀ ਖਬਰ ਇੱਕੀ ਗੱਸਤ ਜਾਣ ਕੇ ਅੱਜ ਆਪਾਰਤ ਬੰਦ ਕਰਨ ਦਾ ਐਲਾਨ ਕੇਸਰੇ ਨੇ ਕਿਉਂ ਕੀਤਾ ਕੀ ਖੁੱਲੇਗਾ ਤੇ ਕੀ ਬੰਦ ਰਹੇਗਾ? ਅਨੁਸੂਚਿਤ ਜਾਤੀ ਦੀ ਅਨੁਸੂਚਿਤ ਜਨ ਜਾਤੀ ਰਿਜ਼ਰਵੇਸ਼ਨ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ਵਿੱਚ 21 ਅਗਸਤ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਸੋਮਵਾਰ ਨੂੰ ਰਾਜ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਅਵਿਨਾਸ਼ ਗਹਿਲੋਤ ਨੇ ਮੀਡੀਆ ਦੇ ਸਾਹਮਣੇ ਸਰਕਾਰ ਦਾ ਪੱਖ ਪੇਸ਼ ਕੀਤਾ ਉਹਨਾਂ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਜੋ ਵੀ ਅੰਤਮ ਫੈਸਲਾ ਲਵੇਗੀ ਰਾਜ ਸਰਕਾਰ ਉਸ ਅਨੁਸਾਰ ਕਦਮ ਚੁੱਕੇਗੀ ਉਨ੍ਹਾਂ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਨੂੰ ਸੰਵਿਧਾਨਕ ਵਿਵਸਥਾਮਾ ਤਹਿਤ ਰਾਖਵਾ ਕਰਨ ਮਿਲਿਆ ਹੈ ਕੇਂਦਰ ਸਰਕਾਰ ਨੇ ਧਾਰਾ 341 ਤੇ 342 ਦੇ ਤਹਿਤ ਅਨੁਸੂਚਿਤ ਜਾਤੀਆਂ ਦੇ ਕਬੀਲਿਆਂ ਲਈ ਕੇਂਦਰੀ ਸੂਚੀਆਂ ਦਾ ਇੱਕ ਨਵਾਂ ਸੈੱਟ ਬਣਾਇਆ ਹੈ ਉਪਰ ਵਰਗੀਕਰਨ ਲਈ ਕੋਈ ਵਿਵਸਥਾ ਨਹੀਂ ਹੈ ਮંત્રી ਗਹਿਲੋਤ ਨੇ ਕਿਹਾ ਕਿ 1 ਅਗਸਤ 2024 ਨੂੰ ਸੁਪਰੀਮ ਕੋਰਟ ਨੇ ਸਾਲ 2004 ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਮਾਮਲੇ ਵਿੱਚ ਦਿੱਤੇ ਗਏ ਆਪਣੇ ਫੈਸਲੇ ਨੂੰ ਪਲਟ ਦਿੱਤਾ ਹੈ ਜਿਸ ਵਿੱਚ ਇਹ ਸਪਸ਼ਟ ਕੀਤਾ ਗਿਆ ਸੀ ਕਿ ਸਾਰੀਆਂ ਐਸਪੀ ਤੇ ਐਸਸੀ ਜਾਤੀਆਂ ਬਰਾਬਰ ਨਹੀਂ ਹਨ ਤਾਂ ਦੋਸਤੋ ਭਾਰਤ ਬੰਧਾ ਕਾਰਨਾ ਭਾਰਤ ਬੰਧਾ ਯੋਜਨਾ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਦੇ ਜਵਾਬ ਵਿੱਚ ਕੀਤਾ ਗਿਆ ਹੈ ਹਾਲਾਂਕਿ ਭਾਰਤ ਬੰਦੁਰਾਨ ਕੀ ਕੋਲੇਗਾ ਤੇ ਕੀ ਬੰਦ ਰਹੇਗਾ ਇਸ ਬਾਰੇ ਕੋਈ ਅਧਿਕਾਰਤਾ ਲਾਂਤਾਂ ਨਹੀਂ ਕੀਤਾ ਗਿਆ ਪਰ ਮੀਡੀਆ ਰਿਪੋਰਟਰ ਦੇ ਮੁਤਾਬਕ ਪਬਲਿਕ ਟਰਾਂਸਪੋਰਟ ਤੇ ਪ੍ਰਾਈਵੇਟ ਦਫ਼ਤਰ ਆਮ ਤੌਰ ਤੇ ਅਜੇ ਦਿਨਾਂ ਵਿੱਚ ਬੰਦ ਹੀ ਰਹਿੰਦੇ ਨੇ ਅਗਲੀ ਖਬਰ ਹੁਣ ਪੰਜਾਬ ਚ ਡਰੋਨਾਂ ਰਾਹੀਂ ਲਏ ਜਾਣਗੇ ਬੂਟੇ 20000 ਹੈਕਟੇਅਰ ਜੰਗਲ ਵਿੱਚੇ ਵਿਖੇਰੇ ਗਏ ਵੀਜ਼ਾ ਜਾਨੋ ਕਿਸਾਨਾਂ ਨੂੰ ਕਿਵੇਂ ਮਿਲੇਗਾ ਲਾਹਾ ਪੰਜਾਬ ਚ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਨਵੀਂ ਪਹਿਲ ਕੀਤੀ ਗਈ ਹੈ ਹੁਣ ਡਰੋਨ ਰਾਹੀਂ ਬੂਟੇ ਲਾਏ ਜਾਣਗੇ ਇਸੇ ਲੜੀ ਤਹਿਤ ਅੱਜ ਸ਼ਾਪ ਔਰ ਕੰਡੀ ਨੇੜੇ ਪਿੰਡ ਘਟੇਰਾ ਦੇ 30 ਹੈਕਟੇਅਰ ਜੰਗਲ ਵਿੱਚ ਵੱਖ-ਵੱਖ ਕਿਸਮਾਂ ਦੇ ਬੀਜ ਡਰੋਨ ਰਾਹੀਂ ਖਿਲਾਰ ਦਿੱਤੇ ਗਏ ਨੇ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੰਨ ਕਟਾਰੂ ਚੱਕ ਡੀਸੀ ਪਠਾਨਕੋਟ ਦਿੱਤੇ ਆ ਉਪਰ ਵਣ ਬਾਲ ਸੰਜੀਪ ਤੇਵਾੜੀ ਆਈਐਫਐਸ ਡੀਆਈਐਫਓ ਧਰਮਵੀਰ ਆਈਐਫਐਸ ਹਾਜ਼ਰ ਸਨ ਆ ਅਤੋਲ ਸੀ ਆਮਲਾ ਜਾਮੁਣ ਹਰੜ ਬੇਹੜਾ ਸੁਜਾਂ ਤੇ ਹੋਰ ਕਈ ਕਿਸਮਾਂ ਦੇ ਬੀਜ ਮਿੱਟੀ ਵਿੱਚ ਲਪੇਟ ਕੇ ਡਰੋਨਾ ਰਾਹੀਂ ਜੰਗਲਾਂ ਵਿੱਚ ਛੁੱਟੇ ਗਏ ਨੇ ਇਸ ਸਮੇਂ ਹਰਿਆਲੀ ਮਿਸ਼ਨ ਤਹਿਤ ਪੂਰੇ ਪੰਜਾਬ ਵਿੱਚ ਰੁੱਖ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਤਹਿਤ ਪੰਜਾਬ ਦੇ ਵਿੱਚ ਵੱਖ-ਵੱਖ ਪ੍ਰਜਾਤੀਆਂ ਦੇ 3 ਕਰੋੜ ਤੋਂ ਵੱਧ ਪੌਦੇ ਲਗਾਏ ਜਾ ਰਹੇ ਨੇ ਅਗਲੀ ਖਬਰ ਹੈ ਪਿੰਡਰਾ ਵਾਲਿਆਂ ਦੇ ਕਿਰਦਾਰ ਤੇ ਵਿਵਾਦ ਐਮਰਜੈਂਸੀ ਦਾ ਐਮਪੀ ਸਰਬਜੀਤ ਸਿੰਘ ਵੱਲੋਂ ਇਤਰਾਜ਼ ਮੰਡੀ ਤੋਂ ਐਮਪੀ ਤੇ ਫਿਲਮੀ ਦਕਰਾ ਕੰਗਨਰ ਨੌਦੀ ਨਵੀਂ ਫਿਲਮ ਐਮਰਜੈਂਸੀ ਬੇਵਾਦਾਂ ਵਿੱਚ kehr ਗਈ ਆ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਇਸ ਦੇ ਸਖਤ ਇਤਰਾਜ਼ ਕੀਤਾ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਮਲੋਆ ਨੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਫਿਲਮ ਵਿੱਚ ਸਿੱਖਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਨਾਲ ਸਮਾਜ ਅੰਦਰ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਣ ਦਾ ਖਾਸਾ ਹੈ ਜੇਕਰ ਇਸ ਫਿਲਮ ਅੰਦਰ ਸਿੱਖਾਂ ਨੂੰ ਵੱਖਵਾਦੀ ਜਾਪਰ ਦਾਸਤਗਰਦ ਵਜੋਂ ਫਿਲਮਾਇਆ ਗਿਆ ਹੈ ਤਾਂ ਇਹ ਇੱਕ ਗੈਰੀ ਸਾਜਿਸ ਹੈ ਸਿੱਖਾਂ ਪ੍ਰਤੀ ਹੋਰ ਨਾ ਕੌਮਾਂ ਅੰਦਰ ਨਫ਼ਰਤ ਪੈਦਾ ਕਰਨ ਦੇ ਲਈ ਇਹ ਫਿਲਮ ਇੱਕ ਮਨੋਵਿਗਿਆਨਕ ਹਮਲਾ ਹੈ ਜਿਸ ਉੱਪਰ ਸਰਕਾਰ ਨੂੰ ਅਗਾਊਂ ਨੋਟਿਸ ਲੈਂਦਿਆਂ ਰੋਕ ਲਗਾਉਣੀ ਚਾਹੀਦੀ ਹੈ ਐਮਪੀਪੀ ਕਾਲਜਾਂ ਨੇ ਕਿਹਾ ਕਿ ਦੇਸ਼ ਅੰਦਰ ਸਿੱਖਾਂ ਉੱਪਰ ਨਫ਼ਰਤੀ ਹਮਲੇ ਹੋਣ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜੇਬੱਚੇ ਫਿਰਮ ਸਿੱਖਾਂ ਪ੍ਰਤੀ ਨਫ਼ਰਤ ਫੈਲਾਉਣ ਦਾ ਕੰਮ ਕਰੇਗੀ ਉਹਨਾਂ ਨੇ ਕਿਹਾ ਕਿ ਸਿੱਖਾਂ ਨੇ ਇਸ ਦੇਸ਼ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਜਿਨ੍ਹਾਂ ਨੂੰ ਫਿਲਮਾਂ ਰਾਹੀਂ ਪੂਰੀ ਜਾਗਰ ਨਹੀਂ ਕੀਤਾ ਜਾ ਸਕਦਾ ਪਰੰਤੂ ਸਿੱਖਿਆ ਨੂੰ ਬਦਨਾਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸਮਾਜ ਅੰਦਰ ਭਾਈਚਾਰਕ ਸਾਂਝ ਅਤੇ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਇਤਰਾਜਯੋਗ ਫਿਲਮਾਂ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਉਹਨਾਂ ਨੇ ਸਮਾਜ ਅੰਦਰ ਸਦਭਾਵਨਾ ਤੇ ਸ਼ਾਂਤੀ ਕਾਇਮ ਰੱਖਣ ਦੀ ਬਚਨਵਾਤਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਸਮਾਜ ਵਿਰੋਧੀ ਕਾਰਵਾਈਆਂ ਰੋਕਣ ਲਈ ਹਮੇਸ਼ਾ ਦ੍ਰਿੜਾਨਾ ਅਗਲੀ ਖਬਰ ਡਾਕਟਰਾਂ ਦੀ ਸੁਰੱਖਿਆ ਲਈ ਬਣੇਗੀ ਨੈਸ਼ਨਲ ਟਾਸਕ ਫੋਰਸ ਸੀਜੀਆਈ ਨੇ ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਆਖੀ ਵੱਡੀ ਗੱਲ ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿੱਚ ਇੱਕ ਡਾਕਟਰ ਨਾਲ ਬਲਾਤਕਾਰ ਤੇ ਹੱਤਿਆ ਦੇ ਮਾਮਲੇ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਏ ਇਸ ਮਾਮਲੇ ਵਿੱਚ ਐਸੇਡੀ ਵਿੱਚ ਸੁਣਵਾਈ ਹੋਈ ਹੈ ਚੀਫ ਜਸਟਿਸ ਡੀਵਾਈ ਚੰਦਰ ਚੂੜੀ ਦੀ ਅਗਵਾਈ ਵਾਲੀ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ ਇਸ ਮਾਮਲੇ ਦੀ ਸੁਣਵਾਈ ਦੌਰਾਨ ਸੀਜੀਆਈ ਨੇ ਅਸਕੇ ਹੈ ਕਿ ਅਸੀਂ ਖੁਦ ਨੋਟਿਸ ਲੈਣ ਦਾ ਫੈਸਲਾ ਕਿਉਂ ਕੀਤਾ ਜਦੋਂ ਕਿ ਐਸਟੀ ਇਸ ਦੀ ਸੁਣਵਾਈ ਕਰ ਰਿਹਾ ਸੀ ਕਿਉਂਕਿ ਇਹ ਸਿਰਫ ਕੋਲਕਾਤਾ ਦੇ ਹਸਪਤਾਲ ਵਿੱਚ ਹੋਏ ਇੱਕ ਨਹਾਉਣੇ ਕਤਲ ਦਾ ਮਾਮਲਾ ਨਹੀਂ ਹੈ ਸਗੋਂ ਇਹ ਚਿੰਤਾ ਦਾ ਵਿਸ਼ਾ ਵੀ ਹੈ ਪੂਰੇ ਭਾਰਤ ਵਿੱਚ ਡਾਕਟਰਾਂ ਦੀ ਸੁਰੱਖਿਆ ਇੱਕ ਨਾਲ ਹੀ ਗੱਤਾ ਮੁੱਦਾ ਹੈ ਇਸ ਸਨਮਾਨਯੋਗ ਦਰਵਾਣਾ ਸੀਜੀਆਈ ਨੇ ਇਹ ਅਦੇਸ਼ ਦਿੰਦਿਆ ਕਿ ਹੈ ਕਿ ਅਸੀਂ ਇੱਕ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕਰਨ ਜਾ ਰਹੇ ਹਾਂ ਜਿਸ ਵਿੱਚ ਵੱਖ-ਵੱਖ ਹਿਸਟਰੀ ਵਾਲੇ ਡਾਕਟਰ ਹੋਣਗੇ ਜੋ ਪੂਰੇ ਭਾਰਤ ਵਿੱਚ ਅਪਣਾਏ ਜਾਣ ਵਾਲੇ ਤਰੀਕੇ ਨਾਲ ਸੁਝਾਅ ਦੇਣਗੇ ਤਾਂ ਜੋ ਕੰਮ ਦੀ ਸੁਰੱਖਿਆ ਦੀ ਸਥਿਤੀ ਬਣੀ ਰਹੇ ਅਤੇ ਨੌਜਵਾਨ ਜਾਂ ਮੱਧ ਉਮਰ ਦੇ ਡਾਕਟਰ ਆਪਣੇ ਕੰਮ ਦੇ ਮਾਹੌਲ ਵਿੱਚ ਸੁਰੱਖਿਅਤ ਰਹਿਣ। ਲਾਸਟ ਖਬਰ ਦੋਸਤੋ ਕੈਨੇਡਾ ਬੱਚੇ ਵਰਕ ਪਰਮਿਟ ਵਾਣਨ ਦਾ ਦਾਖਲਾ ਬੰਦ। ਜੀ ਹਾਂ ਦੋਸਤੋ ਆਖਰਕਾਰ ਉਹੀ ਹੋਇਆ ਜਿਸ ਦਾ ਡਰ ਸੀ ਕੈਨੇਡਾ ਸਰਕਾਰ ਦੇ ਵੱਲੋਂ ਵਰਕ ਪਰਮਿਟ ਵਾਲਿਆਂ ਦਾ ਦਾਖਲਾ 3 ਸਤੰਬਰ ਤੋਂ ਬੰਦ ਕੀਤਾ ਜਾ ਰਿਹਾ ਹੈ ਜੀ ਹਾਂ ਸ਼ੁਰੂਆਤ ਕਿਊਬੈਕ ਸੂਬੇ ਤੋਂ ਕੀਤੀ ਜਾ ਰਹੀ ਹੈ ਜਿੱਥੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਵਾਲੀਆਂ ਅਰਜ਼ੀਆਂ 3 ਸਤੰਬਰ ਤੋਂ ਬੰਦ ਕੀਤੀਆਂ ਜਾ ਰਹੀਆਂ ਨੇ ਸੀਬੀਐਸਸੀ ਮਾਫ ਕਰਨਾ ਸੀਬੀਸੀ ਦੀ ਰਿਪੋਰਟ ਮੁਤਾਬਕ ਐਲਐਮਆਈਏ ਅਰਜ਼ੀਆਂ ਤੇ ਰੋਕਾ 6 ਮਹੀਨੇ ਤੱਕ ਜਾਰੀ ਰਹੇਗੀ ਫਰਦਾਨ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ 27.43 ਪ੍ਰਤੀ ਘੰਟੇ ਤੋਂ ਘਟੋ ਉਜਰਤ ਵਾਲੀਆਂ ਅਰਜ਼ੀਆਂ ਪ੍ਰਵਾਨੀ ਕੀਤੀਆਂ ਜਾਣਗੇ ਕਿਉਬੈਕ ਵਿੱਚ ਦਰਮਿਆਨੀ ਉਜਰਤਾ ਕਾਰਾ ਦਰ 27 ਡਾਲਰ ਚੱਲ ਰਹੀ ਹੈ ਤੇ ਸੂਬਾ ਸਰਕਾਰ ਘਟੋ ਘਟ ਤੋਂ ਕੱਟ ਟੈਂਪਰੇਰੀ ਰੈਜ਼ਿਡੈਂਸ ਨੂੰ ਸੱਦਾਂ ਦੀ ਚੁੱਕਿਆ ਕਿਉਬਿਕ ਦੇ ਪ੍ਰੀਮੀਅਰ ਫਰਾਂਸ ਤੋਂ ਲੈਗੋ ਕਈ ਮਹੀਨੇ ਤੋਂ ਕੈਨੇਡਾ ਸਰਕਾਰ ਨੂੰ ਜਈਆਂ ਪਾਬੰਦੀਆਂ ਲਾਗੂ ਕਰਾਉਂਦੇ ਲਈ ਸੱਦੰਦਾ ਇਚੂ ਕਿਉਂ ਬੈਕ ਦੇ ਪ੍ਰੀਮੀਅਰ ਫਰਾਂਸਵਾ ਲੈਗੋ ਕਈ ਮਹੀਨੇ ਤੋਂ ਕੈਨੇਡਾ ਸਰਕਾਰ ਨੂੰ ਜਈਆਂ ਪਾਬੰਦੀਆਂ ਲਾਗੂ ਕਰਾਉਣ ਲਈ ਸੱਦਾ ਦੇ ਰਹੇ ਨੇ